हाँ जी। सो दोस्तों अज असी खड़े हाँ जी एक, इनू मैं ट्राली नहीं कहूँगा, इनू मैं मतलब ट्रालियाँ का जहाज कहूँगा मैं, क्योंकि एक एडा वड्डी ट्राली बनाउणी कोई छोटी मोटी गल नहीं हैगी। इधर नूं बनाउण वास्ते इहदे विच चीज़ां खूबियां बहुत ने। खूबी की है भी एक तो यह गल असी उत्थे देखी सी, इहदे पिछे भी एक ट्रैक्टर पाया सी, एक मोहरे पाया सी, समझ नहीं लगी वो असल च हुंदा की सी। ते बाकी आप ਬਾਈ ਨੂੰ ਪੁੱਛਦੇ ਆ, ਜਿਹੜੇ ਬਾਈ ਹੁਣਾਂ ਨੇ ਬਣਾਈ ਹੋਈ ਆ ਜੀ, ਬਲਦੇਵ ਐਂਡ ਸੰਸ ਕੰਪਨੀ, ਬਲਦੇਵ ਐਂਡ ਕੰਪਨੀ। ਤੇ ਬਾਈ ਹੁਣੀ ਨਾਲ ਮੌਜੂਦ ਨੇ ਮਨਜੀਤ ਭਾਜੀ ਹੁਣੀ। ਭਾਜੀ ਕੀ ਹਾਲ ਚਾਲ? ਬਹੁਤ ਵਧੀਆ। ਇੱਧਰ ਆਜੋ ਭਾਜੀ ਪਹਿਲਾਂ ਤਾਂ। ਭਾਜੀ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ ਐਡਾ ਵੱਡਾ ਜਿਹੜਾ ਜਹਾਜ਼ ਬਣਾਉਣ ਦਾ ਕਿਵੇਂ ਦਿਮਾਗ ਚ ਆਈ? ਬਸ ਦਿਮਾਗ ਤਾਂ ਵੈਸੇ ਜ਼ਿਮੀਂਦਾਰਾਂ ਦਾ ਜ਼ਿਆਦਾ ਕੰਮ ਕਰਦਾ ਜੀ। ਜੀ ਉਹ ਕਹਿੰਦੇ ਹੁੰਦੇ ਆ ਵੀ ਜੋ ਉਹਨਾਂ ਨੇ ਸਾਨੂੰ ਸਕੀਮ ਦੇਣੀ ਆ ਉਸ ਹਿਸਾਬ ਨਾਲ ਅਸੀਂ ਇਹਨਾਂ ਨੂੰ ਤਿਆਰ ਕਰਦੇ ਆ। ਜੀ ਕਮਾਦ ਵਾਸਤੇ ਟਰਾਲੀ ਬਣੀ ਆ ਸਪੈਸ਼ਲ। ਓਕੇ ਪੀਟੀਓ ਵਾਲੀ ਟਰਾਲੀ ਆ। ਸਾਢੇ ਸੱਤ ਬਾਈ ਫੁੱਟ ਲੰਮੀ ਆ। ਅੱਛਾ ਹਾਂਜੀ ਲੰਬਾਈ ਇਹਦੀ ਸਾਢੇ ਸੋਰੀ ਬਾਈ ਫੁੱਟ ਆ, ਚੌੜਾਈ ਹੈਗੀ ਆ ਸਾਢੇ ਸੱਤ ਫੁੱਟ ਅੰਦਰ, ਸਾਢੇ ਸੱਤ ਬਾਹਰੋਂ ਤਕਰੀਬਨ ਪੌਣੇ ਅੱਠ ਹੋ ਜਾਣੀ ਆ। ਆਖਿਰਕਾਰ ਹੈ ਕੀ ਸੀ ਉਹ? ਏਦਾਂ ਜੀ ਇਹ ਦੇਖਦੇ ਸੀਗੇ ਵੀ ਜਿਹੜੀ ਪੀਟੀਓ ਦੀ ਪਾਵਰ ਕਿੰਨੀ ਵੱਧ ਜਾਂਦੀ ਆ। ਜੀ ਮੰਨ ਲਓ ਮੇਰਾ ਖਿਆਲ 55 ਹਾਰਸ ਪਾਵਰ ਹੋਊਗਾ ਹੌਲੈਂਡ 36 ਤੇ ਉਹ ਸੀਗਾ ਪਿੱਛੇ 120 ਹਾਰਸ ਪਾਵਰ। ਓਕੇ ਜਿਹੜਾ ਆਪਣਾ ਕਾਰਡ ਵੀ ਸੀਗਾ ਤੇ ਲੇਕਿਨ ਉਹ ਹਜੇ ਟਰੈਕਟਰ ਨਵਾਂ ਸੀ, ਇਹਨੇ ਖੁੱਲਣਾ ਵੀ ਆ, ਕੁਛ ਬੰਦੇ ਵੀ ਆਪਣੇ ਨਵੇਂ ਸੀਗੇ, ਇਹਨਾਂ ਤੋਂ ਜ਼ੋਰ ਪੂਰਾ ਲਾਉਣਾ ਨਹੀਂ ਆਇਆ, ਲੇਕਿਨ ਕਾਰਡ ਵੀ ਫੇਰ ਵੀ ਖਿੱਚ ਨਹੀਂ ਸਕਿਆ ਇਹਨੂੰ ਟਰਾਲੀ ਨੂੰ। ਉੱਥੇ ਉਹ ਭੰਗੜਾ ਪਾਉਂਦਾ ਰਿਹਾ, ਬਿਲਕੁਲ ਬਿਲਕੁਲ ਲਗਿਆ ਨਹੀਂ ਖਿੱਚ ਕੇ। ਬਿਲਕੁਲ ਇੱਕ ਆਪਾਂ ਪਾਇਆ ਸੀ ਇਹ 54.05 ਜੀ, ਉਹ ਤੁਹਾਨੂੰ ਵੀਡੀਓ ਸ਼ਾਰਟ ਦਿਖਾ ਦਿਆਂਗੇ। ਹਾਂਜੀ ਉਹ ਤਕਰੀਬਨ 15 ਫੁੱਟ ਦੇ ਕਰੀਬ ਉਹ ਖਿੱਚ ਕੇ ਲੈ ਆਈ ਇਹਨੂੰ। ਅੱਛਾ ਜੀ ਹਾਂ ਇਹ ਹੋਲੈਂਡ ਉਹਨੂੰ 4x4 ਨੂੰ 15-20 ਫੁੱਟ ਤੋਂ ਖਿੱਚ ਕੇ ਲੈ ਆਈ, ਮਗਰ ਮਗਰ ਇੰਨੀ ਪੀਟੀਓ ਚ ਪਾਵਰ ਆ ਨਾਲੇ 25 ਕੁਇੰਟਲ ਮਾਰੀ ਵਿੱਚ 25 ਟਨ ਮਾਲ ਪਾਇਆ ਸੀ। ਹਾਂਜੀ ਚਲੋ 25 ਨੇ 20 ਤਾਂ ਹੋਊਗਾ ਜੀ, ਆਪਾਂ ਕਿਹੜਾ ਤੋਲਿਆ, 20 ਤਾਂ ਹੋਊਗਾ ਜੀ। 200 ਕੁਇੰਟਲ ਦੇ ਵਿੱਚ ਤਕਰੀਬਨ ਮਿੱਟੀ ਗਿੱਲੀ ਸੀਗੀ, 200 ਕੁਇੰਟਲ ਹੋਊਗੀ। ਅੱਛਾ ਬਾਈ ਜੀ ਇੱਕ ਚੀਜ਼ ਹੋਰ ਆ ਵੀ ਮਟੀਰੀਅਲ ਦੀ ਇੱਕ ਨਾ ਬੜੀ ਹੁੰਦੀ ਸੀਗੀ ਪਹਿਲੀਆਂ ਟਰਾਲੀਆਂ 'ਚ, ਇੰਨੀ ਫਿਨਿਸ਼ਿੰਗ ਨਹੀਂ ਹੁੰਦੀ ਸੀ ਅਤੇ ਇਹਦੇ ਵਿੱਚ ਫਿਨਿਸ਼ਿੰਗ ਬੜੀ ਜ਼ਬਰਦਸਤ ਆ। ਕੀ ਟਰਾਲੀ ਦੇ ਵਿੱਚ ਕਿਹੜਾ ਮਟੀਰੀਅਲ ਯੂਜ਼ ਕਰਦੇ ਹੋ? ਇਹਦੇ 'ਚ ਮਟੀਰੀਅਲ ਜਿਹੜਾ ਆਪਾਂ ਸਾਰਾ ਟਾਟਾ ਦਾ ਸੇਲ ਦਾ ਸ਼ੀਟ, ਟਾਟਾ ਦੀ ਹੋ ਗਈ, ਹਾਂਜੀ ਐਂਗਲ ਚੈਨਲ ਸੇਲ ਦਾ ਹੋ ਗਿਆ ਜੀ, ਪਾਈਪ ਰਵਿੰਦਰਾ ਦਾ ਹੋ ਗਿਆ ਤੇ ਪੇਂਟ ਵਧੀਆ ਐਸਪਾ ਕੰਪਨੀ ਦਾ ਹੋ ਗਿਆ। ਓਕੇ ਹਲਕੀ ਚੀਜ਼ ਕੋਈ ਆਪਾਂ ਇਹਦੇ 'ਚ ਯੂਜ਼ ਕਰਦੇ ਹੀ ਨਹੀਂ ਗਏ। ਓਕੇ ਵਧੀਆ ਮਾਲ ਸਟੈਂਡਰਡ ਦਾ ਜਿਹੜਾ ਕੰਪਨੀਆਂ ਦਾ ਉਹ ਵਰਤਦੇ ਆ। ਹੁਣ ਆਹ ਦੇਖੋਗੇ ਡਿਜ਼ਾਇਨ ਆਪਣਾ, ਸ਼ਾਇਦ ਪਹਿਲੀਆਂ ਵੀਡੀਓ 'ਚ ਵੀ ਤੁਸੀਂ ਦੇਖੇ ਹੋਣੇ ਆਪਣੇ ਡਿਜ਼ਾਇਨ ਜੀ, ਇਹ ਆਪਣੇ ਸਪੈਸ਼ਲ ਡਿਜ਼ਾਇਨ ਆ ਜੀ। ਹੁਣ ਆਮ ਜ਼ਿਮੀਂਦਾਰ ਪਤਾ ਕੀ ਆ, ਟਰਾਲੀਆਂ ਕਈ ਬੰਦੇ ਲਿਆ ਕੇ ਵਪਾਰੀ ਬਾਹਰੋਂ ਲਿਆ ਕੇ ਵੇਚੀ ਜਾਂਦੇ ਆ, ਬਿਲਕੁਲ ਉਹ ਨਾ ਮਾਰ ਕੇ ਸਾਡੇ ਲਾ ਦਿੰਦੇ ਆ। ਆਹ ਹੁਣ ਅਸੀਂ ਡਿਜ਼ਾਈਨ ਇਸੇ ਕਰਕੇ ਕੱਢੇ ਆ ਵੀ ਸਾਡਾ ਆਹ ਡਿਜ਼ਾਈਨ ਪਛਾਣ ਲਓ, ਟਰਾਲੀ ਚੱਲਦੀ ਲੈਣੀ ਚੱਲਦੀ ਲੈ ਲਓ। ਓਕੇ ਇਹ ਡਿਜ਼ਾਈਨ ਆਮ ਬੰਦਾ ਹਰੇਕ ਕੋਈ ਪਾਉਂਦਾ, ਮਤਲਬ ਇੱਕ ਕਿਸਮ ਦਾ ਤੁਹਾਡਾ ਬਲਦੇਵ ਸਿੰਘ ਐਂਡ ਕੰਪਨੀ ਦਾ ਟ੍ਰੇਡਮਾਰਕ ਹੋ ਗਿਆ ਇਹ। ਟ੍ਰੇਡਮਾਰਕ ਹੋ ਗਿਆ ਵੀ ਜੇ ਤੇ ਇਹ ਚੀਜ਼ ਲੱਗੀ ਹੋਈ ਆ ਮਤਲਬ ਇਹ ਓਰੀਜਨਲ ਆ, ਇਹ ਓਰੀਜਨਲ ਆ ਤੇ ਜੇ ਤੇ ਨਹੀਂ ਲੱਗੀ ਮਤਲਬ ਸਮਝ ਲਓ ਕਾਪੀ ਆ, ਉਹ ਕਾਪੀ ਆ। ਕੀ ਬਾਤ ਹੈ। ਬਾਕੀ ਐਲਈਡੀ ਲਾਈਟਾਂ ਹੋ ਗਈਆਂ ਪਿੱਛੇ ਜੀ, ਆ 3 ਹੁੱਕਾਂ ਆ ਗਈਆਂ। ਹਾਂ ਜੀ ਇਹਨਾਂ 'ਚ ਹੀ ਪਾਇਆ ਸੀ ਕਾਰਡ ਵੀ ਪਿੱਛੇ ਖਿੱਚਣ ਨੂੰ ਜੀ ਜੀ ਜੀ, ਨਾਲ ਮਿਲਟਰੀ ਕੁੰਡੇ ਆ ਗਏ। ਬਿਲਕੁਲ ਥੱਲੇ ਬੰਪਰ ਵੀਰਾਂ ਨੇ ਲਿਖਾਇਆ, ਬਹੁਤ ਕਮਾਈਆਂ ਬਾਪੂ ਨੇ, ਬਹੁਤ ਕਮਾਇਆ ਬਾਪੂ ਨੇ, ਮੈਨੂੰ ਸ਼ੌਂਕ, ਮੈਨੂੰ ਸ਼ੌਂਕੀ ਵੀ ਬਣਾਇਆ ਬਾਪੂ ਨੇ, ਬਹੁਤ ਕਮਾਇਆ ਬਾਪੂ ਨੇ, ਬਾਜੀ ਬਹੁਤ ਕਮਾਇਆ ਬਾਪੂ ਨੇ, ਸੋਹਣਾ ਸ਼ੇਰ ਦਾ ਭਰਾ ਨੇ, ਮੈਨੂੰ ਸ਼ੌਂਕੀ ਨੇ ਬਣਾਇਆ, ਉਹਨਾਂ ਦਾ ਵੀਰਾਂ ਦਾ ਲਿਖਿਆ ਆ ਬਾਜਵਾ ਫਾਰਮ, ਬਾਜਵਾ ਫਾਰਮ ਉਹਨਾਂ ਦਾ ਆਪਣਾ। ਕੀ ਬਾਤ ਹੈ। ਓਕੇ ਬਾਬੀ, ਬਾਈ ਜੀ ਹੋਰ ਕੋਈ ਖੂਬੀ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਟਰੈਲੀ ਬਾਰੇ ਦੱਸਿਓ। ਖੂਬੀ ਮੇਨ ਤਾਂ ਇਹਦੀ ਫਿਨਿਸ਼ਿੰਗ ਦੀ ਹੈ ਜੀ। ਹਾਂਜੀ ਆ ਤੁਸੀਂ ਦੇਖੋਗੇ ਬਿਲਡਿੰਗ ਪੇਂਟ ਜੀ, ਆ ਪੇਂਟ ਹੋ ਗਿਆ, ਬਿਲਡਿੰਗ ਹੋ ਗਈ, ਇਹ ਬਹੁਤ ਸਫਾਈ ਹੋਊਗੀ। ਓਕੇ ਐਂਗਲ ਚੈਨਲ ਦਾ ਆ ਦੇਖੋ ਸਾਰਾ ਸੇਲ ਦਾ ਹੀ ਲੱਗਾ ਆ, ਇੱਥੇ ਸੇਲ ਦੀਆਂ ਮੋਹਰਾਂ ਵੀ ਲੱਗੀਆਂ ਆ, ਪਾਈਪ ਸਾਰਾ ਰਵਿੰਦਰਾ ਦਾ ਆ, ਆ ਵੀ ਸਾਰਾ ਹੀ ਰਵਿੰਦਰਾ ਦਾ। ਭਾਜੀ ਇਹ ਕੋਈ ਜਿਹੜਾ ਕਲਰ ਹੁੰਦਾ ਕੋਈ ਸਪੈਸ਼ਲ ਕਲਰ ਆਉਂਦਾ ਇਹਨੂੰ ਟਰਾਲੀ ਨੂੰ ਕਰ ਲਈ ਜਾਂ ਨਾਰਮਲ ਜਿਹੜੇ ਕਲਰ ਉਹੀ ਲੱਗ ਜਾਂਦੇ ਨੇ? ਨਹੀਂ ਨਹੀਂ ਸਪੈਸ਼ਲ ਹੁੰਦੇ ਆ। ਓਕੇ ਸਪੈਸ਼ਲ ਕਰਨ ਐਸਪਾ ਦਾ ਹੁੰਦਾ ਜੀ, ਤੇ ਪ੍ਰਾਈਮਰ ਦਾ ਵੀ ਫਰਕ, ਵਿੱਚ ਤੇਲ ਦਾ ਵੀ ਫਰਕ, ਕਰਨ ਵਾਲੇ ਦਾ ਵੀ ਫਰਕ। ਕਈ ਬੰਦੇ ਕਹਿ ਦਿੰਦੇ ਆ ਯਾਰ ਅਸੀਂ ਪੇਂਟ ਵੀ ਉਹ ਵਰਤੇ ਆ, ਸਾਰਾ ਕੁਝ ਉਹ ਵਰਤੇ ਆ, ਸਾਡੇ ਫਿਨਿਸ਼ਿੰਗ ਇੰਨੀ ਨਹੀਂ ਆਉਂਦੀ। ਭਾਜੀ ਮੈਂ ਦੇਖ ਰਿਹਾ ਤੇ ਕੁੰਡੇ ਨਹੀਂ ਲੱਗੇ, ਜਿੰਦਾ ਟਰਾਲੀਆਂ ਨੂੰ ਕੁੰਡੇ ਲੱਗੇ ਹੁੰਦੇ ਸੀਗੇ ਜਦੋਂ ਜਾਂਦੀਆਂ ਟਰਾਲੀਆਂ, ਹਨਾ ਸੰਗਲ ਜਿਹੜੇ ਹੁੰਦੇ ਸੀ ਲਾਤੇ ਆਪਾਂ ਲੋਕ।
वाधू रस्सा इथे लपेट लो मोहरे फिर फ्रंट तो टाइट हो जाता क्या बात है जी ए फुटरेस्ट आ गया वाटर टैंक आ गया हाथ धोन अच्छा बंद ने बार अंदर जाके माड़े मोटे हाथ धोने लेंगे जी 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 मतलब सारी फैसिलिटी ट्राली आ गई लग्जरी ट्रालिया आ गई जी ता मैं ट्रालिया का जहाज क्या हरेक फैसिलिटी जी आ गई फुटरेस्ट आ गया जी अपना मेन आप अगे भी दस दई कल मिट्टी की भरी थी ना थोड़े डस्ट चुंबड़ी हुई है ना जी 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 पूरी मिट्टी की भरी हुई थी वीडियो दिखा दें डबल कलर का एंगल बने जेंक बोल्ट पाए गए अपा छे महीनिया साल नू खोलने इन जंगाल नहीं पेगा आसानी ना खोलन गे ओके ये गिनती आ गई जी जी लोगो आ गए 56 मैच तो चलो लगती ही एम आर एफ आर टायर मतलब सिर्फ शो वास्ते नहीं लगे पानी पै गया मिट्टी पै गई भरे गलना शुरू हो जाता क्या बात एक सिंपल सिंपल तरीके ना ये आ गया पीटीओ बॉक्स आप इतने पीटीओ रख लो ओके ये डी मोरे कटी अपन में खालो होनी है ना हाँ पीटीओ बॉक्स आ गया है पीटीओ रे बच्चे रख लेनी है जरूर आप अपन लोड हो गए मान लो अपने बॉक्स नहीं लगा है आप ला के अंदर तूड़ी वाले कमरे च रख दी वो थले आ गई जा मैया ने उधर उधर ला दी हाँ जी इतो लभनी आसानी ना सौखी है क्या बात है आ टोचन हुक आ गई आ रील आ गई फ्रंट रील तीन रील लगी हुई अच्छा जी वाह साइडा ते एक सेंटर च क्या बात है आ बेड दा डिजाइन फ्रंट वाला देखो माड़ा घुमा पी खिच के ला दोर बाई फोर हो जानी इथे न्यूट्रल हो गई क्या बात है बाकी आ डिजाइन हुक का देख लो हॉलैंड छत्ती एक्स्ट्रा सी एन सी कटिंग करके लगा हुआ
क्या बात है। दिमाग दी उपज आ वी आपां इदां दी इक ट्राली बनाउणी आ। देखो जे आपां कहीए वी कल्ला बंदा रब नहीं हुंदा, बिलकुल सारिआं दा दिमाग रल के ही चीज नूं तैयार कीता जांदा। ਬਿਲਕੁਲ ਇੱਕ ਬੰਦਾ ਕੋਈ ਦੱਸਦਾ ਮੈਨੂੰ ਆਹ ਚੀਜ਼ ਚਾਹੀਦੀ ਆ, ਉਹਦੇ ਤੇ ਆਪਾਂ ਸੋਚ ਵਿਚਾਰ ਕਰਨੀ ਹੁੰਦੀ ਆ ਵੀ ਇਹ ਕਿੱਦਾਂ ਹੋਣੀ ਚਾਹੀਦੀ ਆ, ਕੀ ਕਰਨਾ ਚਾਹੀਦਾ। ਫਿਰ ਹੌਲੀ 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 ਉਹ ਚੀਜ਼ ਬਣਦੀ ਆ, ਪਾਸ ਕੀਤੀ ਜਾਂਦੀ ਆ, ਫਿਰ ਐਂਡ ਦਾ ਤੁਹਾਨੂੰ ਪਤਾ ਹੀ ਆ ਬੰਦਾ ਮੰਜ਼ਿਲ ਤੇ ਪਹੁੰਚ ਜਾਂਦਾ। ਬਿਲਕੁਲ। ਤੇ ਬਾਜੀ ਇਹਨੂੰ ਐਡੇ ਵੱਡੇ ਜਹਾਜ਼ ਨੂੰ ਤਿਆਰ ਕਰਨ ਲਈ ਕਿੰਨਾ ਸਮਾਂ ਲੱਗ ਜਾਂਦਾ ਆ? ਸਹੀ ਟਾਈਮ ਪੁੱਛੋਗੇ ਜੇ ਤਾਂ ਵਧੀਆ ਕੁਆਲਿਟੀ ਵਾਈਜ਼ ਚੀਜ਼ ਤਿਆਰ ਕਰਨੀ ਫਿਰ 15 ਦਿਨ ਘੱਟੋ ਘੱਟ ਲੱਗਦੇ ਆ। ਘੱਟੋ ਘੱਟ। ਤੇ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ दर्शको जेड़ने भी ट्राली बनानी है बाई हुणा दे कोलों, बाई हुणा दे नंबर थले दिते गए ने, इन्हां नाल कॉन्टैक्ट कर सकते हो। पर इन्हां गल जरूर समां थोड़ा जरूर लगता, पर बनदी ट्राली एक वारी मतलब उदां ही गहना बन जांदा। क्यों भाई जी? डेकोरेशन की जा सकती है, लाइट भी ना लाओ तभी चमकूगी। वाह जी थले देखो बह के कैंची सारी सीएनसी दी कटिंग है। ਕੱਲੇ ਕੱਲੇ ਚੈਨਲ ਨੂੰ ਸਪੋਰਟ ਦਿੱਤੀ ਗਈ ਆ। ਦੇਖੋ ਵਾਹ ਜੀ ਵਾਹ, ਸਾਰਾ ਸੇਲ ਦਾ ਚੈਨਲ ਆ, ਆ ਵੀ ਸੇਲ ਦਾ, ਉਹ ਵੀ ਸੇਲ ਦਾ। ਜੀ ਜੀ ਜੀ, ਹੁਣ ਥੱਲੇ ਪਾਣੀ ਆ, ਬਹਿ ਨਹੀਂ ਹੋਣਾ ਨਹੀਂ ਤਾਂ ਪੀਟੀਓ ਥੱਲੇ ਪੀਟੀਓ ਵਾਲਾ ਸਿਸਟਮ ਵੀ ਤੁਹਾਨੂੰ ਦਿਖਾ ਦਈਏ। ਕੀ ਬਾਤ ਹੈ, ਬਹੁਤ ਵਧੀਆ ਬਹੁਤ ਵਧੀਆ ਭਾਜੀ। ਬਾਕੀ ਆ ਵੀਰ ਹੋਣੀ ਆ, ਆ ਜਾਓ ਭਾਜੀ ਮਾੜਾ ਜਿਹਾ। ਭਾਜੀ ਇੱਕ ਹੋਰ ਗੱਲ ਕਰ ਲਈਏ ਵੀ ਬੁਕਿੰਗ ਪ੍ਰੋਸੈਸ ਕੀ ਆ, ਬੰਦਾ ਕਾਲ ਤੇ ਵੀ ਬੁਕਿੰਗ ਕਰ ਸਕਦਾ ਜਾਂ ਤੁਹਾਡੇ ਕੋਲ ਆਉਣਾ ਪਊ ਉਹਨਾਂ ਨੂੰ? ਨਹੀਂ ਨਹੀਂ ਕੋਈ ਗੱਲ ਨਹੀਂ, ਬਾਕੀ ਹੁਣ ਤਕਰੀਬਨ ਟਰਾਲੀਆਂ ਤਾਂ ਕਾਫੀ ਗਈਆਂ ਹੋਈਆਂ ਆ ਜੀ। ਆਣਾ ਤਾਂ ਇਹ ਮਤਲਬ ਹੁੰਦਾ ਆਉਂਦਾ ਵੀ ਅਸੀਂ ਦੇਖ ਲਈਏ ਕਿੱਦਾਂ ਦਾ ਸਮਾਨ ਲੱਗਣਾ ਜਾਂ ਕੀ ਹੈਗਾ। ਬਿਲਕੁਲ। ਦੇਖੋ ਸਾਨੂੰ ਫੋਨ ਤੇ ਕਰਾ ਦਿਓ ਜਾਂ ਸਾਡੇ ਕੋਲ ਆ ਕੇ ਆਰਡਰ ਬੁੱਕ ਕਰਾ ਦਿਓ, ਮਟੀਰੀਅਲ ਅਸੀਂ ਉਹੀ ਵਰਤਣਾ। ਮਤਲਬ ਸਾਰੀ ਫੈਸਿਲਿਟੀ ਹੈਗੀ ਆ, ਤੁਸੀਂ ਘਰ ਬੈਠੇ ਫੋਨ ਤੇ ਵੀ ਬੁਕਿੰਗ ਕਰ ਸਕਦੇ ਹੋ, ਤੁਸੀਂ ਆ ਕੇ ਵੀ ਕਰ ਸਕਦੇ ਹੋ। ਫੋਨ ਨੰਬਰ ਲੈ ਲਓ, ਖਾਤੇ 'ਚ ਪੇਮੈਂਟ ਪਾ ਦਿਓ ਜੀ। ਇਹ ਨਹੀਂ ਆ ਵੀ ਤੁਹਾਡੇ ਆਨਲਾਈਨ ਜਾਂ ਫੋਨ ਤੇ ਬੁੱਕ ਕਰਾਉਣ ਨਾਲ ਹਲਕਾ ਮਟੀਰੀਅਲ ਲੱਗ ਜਾਊਗਾ, ਇਦਾਂ ਦਾ ਨਹੀਂ, ਆਪਾਂ ਕੁਆਲਿਟੀ ਬਣਾਈਏ। ਕੀ ਬਾਤ ਹੈ ਜੀ। ਤੇ ਇਹ ਬਾਈ ਹੁਣੀ ਨੇ ਇਹਨਾਂ ਨੇ ਟਰਾਲੀ ਲਈ ਆ ਭਾਈ, ਸਾਡੇ ਰੈਲ ਮਾਜਰੇ ਤੋਂ, ਰੈਲ ਮਾਜਰਾ ਇਹਨਾਂ ਨੇ ਟਰਾਲੀ ਬਣਵਾਈ ਆ। ਪਹਿਲਾਂ ਤਾਂ ਵਧਾਈਆਂ ਇਹਨਾਂ ਨੂੰ ਬਾਈ, ਬਹੁਤ ਬਹੁਤ ਮੁਬਾਰਕਾਂ ਬਾਈ ਤੁਹਾਨੂੰ ਪਹਿਲਾਂ ਤਾਂ। ਕੱਲ੍ਹ ਅੱਤ ਕਰਾ ਕੇ ਆਏ ਆ ਪੂਰੀ ਅਸੀਂ। ਬਿਲਕੁਲ ਬਿਲਕੁਲ ਦਿਖਾਵਾਂਗੇ। ਬਿਲਕੁਲ ਜੀ, ਹਾਂਜੀ। ਬਾਕੀ ਹੁਣ ਆਪ ਹੀ ਦੱਸਣਗੇ ਬਾਜੀ, ਵੈਸੇ ਕੈਮਰੇ ਬਾਰੇ ਬੋਲਣਾ ਥੋੜਾ ਜਿਹਾ ਔਖਾ ਹੁੰਦਾ। ਨਹੀਂ ਨਹੀਂ, ਇਹਨਾਂ ਨੇ ਬੋਲਣਾ ਆ, ਬੰਦਾ ਥੋੜਾ ਜਿਹਾ ਨਰਵਸ ਹੋ ਜਾਂਦਾ। ਨਹੀਂ ਨਹੀਂ ਬਾਜੀ, ਕਿਵੇਂ ਸਭ ਤੋਂ ਪਹਿਲਾਂ ਤਾਂ ਐਕਸਪੀਰੀਅੰਸ ਦੱਸੋ ਕਿਵੇਂ ਦਾ ਰਿਹਾ? ਵਧੀਆ ਰਿਹਾ ਬਾਜੀ। ਤੁਸੀਂ ਨਵਾਂ ਸ਼ਹਿਰ ਏਰੀਆ ਛੱਡ ਕੇ ਤੁਸੀਂ ਨੂਰ ਮਹਿਲ ਆਏ ਹੋ, ਕੀ ਖਾਸ ਲੱਗਾ ਨੂਰ ਮਹਿਲ ਸ਼ਹਿਰ 'ਚ? ਪਹਿਲਾਂ ਅਸੀਂ ਸਾਰੇ ਹੀ ਘੁੰਮ ਕੇ ਫਿਰ ਭਾਜੀ ਹੋਣਾ ਦੇਖਿਆ, ਕੁਆਲਿਟੀ ਵਧੀਆ ਸੀ, ਇਹਨੇ ਵੀਡੀਓ ਦੇਖੀ ਸੀ ਆਪਾਂ ਜੀ, ਹੋਲੈਂਡ ਟਰੈਕਟਰ ਸੀ, ਕਣਕ ਦੀ ਭਰੀ ਸੀ ਟਰਾਲੀ ਜੀ, ਕੋਈ ਬਜ਼ੁਰਗ ਦੀ ਆਪਾਂ ਵੀਡੀਓ ਦੇਖ ਕੇ ਭਾਜੀ ਹੋਣਾ ਕੋ ਆਏ ਡਾਇਰੈਕਟ ਸਿੱਧੇ। ਕੀ ਬਾਤ, ਅਸੀਂ ਸਿੱਧੇ ਆਏ ਹਾਂ, ਕੋਈ ਸਾਈਜ਼ ਦੀ ਕੋਈ ਗੱਲ ਨਹੀਂ ਹੋਈ, ਆਪਾਂ ਆ ਕੇ 30,000 ਦੇ ਕੇ ਸਾਈਜ਼ ਦੇ ਕੇ ਟਰਾਲੀ ਦੇ ਕੇ ਚੱਲ ਗਏ ਹਾਂ, ਬਾਅਦ 'ਚ ਆਪਾਂ 2 ਮਹੀਨੇ ਬਾਅਦ ਟਰਾਲੀ ਲੈ ਗਏ ਹਾਂ। ਕੀ ਬਾਤ, ਹਾਂਜੀ ਭਾਜੀ, ਬਾਕੀ ਟਰਾਲੀ ਕੁਆਲਿਟੀ ਹੈ। ਬਾਕੀ ਹੁਣ ਸਿਆਣਿਆਂ ਨੇ ਅੱਗੇ ਕਹਾਵਤ ਬਣੀ ਹੋਈ ਆ ਵੀ ਜਿਹਨੂੰ ਕੰਮ ਆਉਂਦਾ ਉਹ ਕੋਲ ਟਾਈਮ ਹੈ ਨਹੀਂ, ਟਾਈਮ ਹੈ ਨਹੀਂ, ਜੇ ਕੋਲ ਟਾਈਮ ਹੈਗਾ ਉਹਨੂੰ ਕੰਮ ਨਹੀਂ ਆਉਂਦਾ, ਕੰਮ ਨਹੀਂ ਆਉਂਦਾ, ਹੈ ਨਾ, ਸਿਆਣਿਆਂ ਨੇ ਕਹਾਵਤ ਬਣਾਈ ਹੋਈ ਆ।
ਬਿਲਕੁਲ ਕੱਲ ਬਾਈ ਤੁਸੀਂ ਉੱਥੇ ਆਪਣੀ ਮੇਲੇ ਦੇ ਵਿੱਚ ਵੀ ਤੁਸੀਂ ਇੱਕ ਤਵੀਆਂ ਵਾਲੇ ਮੇਲੇ ਦੇ ਵਿੱਚ ਵੀ ਤੁਸੀਂ ਟਾਲੀ ਨੂੰ ਲੈ ਕੇ ਘੁੰਮ ਰਹੇ ਸੀਗੇ ਉਸ ਟਾਈਮ ਕਿਵੇਂ ਦਾ ਲੱਗ ਰਿਹਾ ਸੀ ਵੀ ਜਿਹੜਾ ਲੋਡ ਜਿਹੜਾ ਇਹਦੇ ਉੱਤੇ ਕੀਤਾ ਗਿਆ ਸੀ ਪਿੱਛੇ ਇੱਕ ਟਰੈਕਟਰ ਲਾਇਆ ਸੀ ਕੀ ਲੱਗ ਰਿਹਾ ਵੀ ਕਿਵੇਂ ਪੂਰੀ ਜ਼ਬਰਦਸਤ ਭਾਜੀ ਲੋਡ ਤਾਂ ਜਮਾਂ ਹੀ ਨਹੀਂ ਸੀ ਟਰੈਕਟਰ ਨਵਾਂ ਸੀ ਫਿਰ ਵੀ ਵਧੀਆ ਜੌਨ ਡੀਅਰ 5405 ਟਰੈਕਟਰ 15-20 ਫੁੱਟ ਖਿੱਚ ਕੇ ਆਰਾਮ ਨਾਲ ਸਾਨੀ ਲੈ ਕੇ ਕੋਈ ਪ੍ਰੋਬਲਮ ਨਹੀਂ ਆਈ ਟਰੈਕਟਰ ਨੂੰ ਹੁਣ ਵੀ ਤੁਹਾਡੇ ਸਾਹਮਣੇ ਚਲਾਈ ਆ ਬ੍ਰੇਕਾਂ ਘੁੱਟ ਕੇ ਕੋਈ ਫਰਕ ਨਹੀਂ ਆ ਤੇ ਬਾਅਦ ਚ ਇੱਕ ਟਰੈਕਟਰ ਦਾ ਭੰਗੜਾ ਵੀ ਪਵਾਇਆ ਉਹਨੇ ਬਹੁਤ ਹੀ ਉਹਨਾਂ ਪਿਆ 120 HP ਦਾ ਹਾਂ ਸਾਨੂੰ ਨਹੀਂ ਉਹਦਾ ਇੰਨਾ ਟਰੈਕਟਰ ਭੰਗੜਾ ਪਾ ਗਿਆ ਉਹ ਟਰੈਕਟਰ ਹੀ 120 ਹਾਰਸਪਾਵਰ ਦਾ ਟਰੈਕਟਰ ਨਹੀਂ ਫਿਰ ਤੁਸੀਂ ਐਡਾ ਵੱਡਾ ਜਹਾਜ਼ ਜੂ ਬਣਾਤਾ ਭੰਗੜੇ ਪਾਉਣ ਲਈ ਚਲੋ ਟਰੈਕਟਰ ਦਾ ਆਪਣੇ ਵੀ ਭੰਗੜੇ ਪਾਉਣੇ ਉਹਦੀ ਵੈਸੇ ਉੱਥੇ ਜਿਹੜਾ ਸੀਗਾ ਹਨਾ ਥੋੜਾ ਜਿਹਾ ਪੱਕਾ ਹੁੰਦਾ ਜੀ ਮੈਂ ਕਿਹਾ ਦੋ ਕਾਟ ਵੀ ਮਗਰ ਪਾ ਦਿੰਦੇ ਉਹ ਵੀ ਇਹਨੇ ਖਿੱਚ ਲਿਆਉਣੇ ਸੀ ਲਿਆਉਣੇ ਸੀ ਕੀ ਬਾਤ ਹੈ ਉਹ ਸਲਿੱਪ ਕੱਢਣ ਪਿੱਛੇ 3 ਫੁੱਟ ਦੀ ਆਂਟ ਲੱਗ ਗਈ ਬੈਕ ਤੇ ਟਰੈਕਟਰ ਸਲਿੱਪ ਮਾਰੇ ਹੁਣ ਤੁਹਾਨੂੰ ਪਤਾ 3 ਫੁੱਟ ਦੀ ਆਂਟ ਟਪਾਉਣੀ ਤਾਂ ਮੁਸ਼ਕਲ ਹੈ ਬਿਲਕੁਲ ਤੇ ਇਹ ਵੀ ਟਰੈਕਟਰ ਹਜੇ ਪੂਰਾ ਖੁੱਲਿਆ ਨਹੀਂ ਮੇਰਾ ਖਿਆਲ ਆ ਕੁਝ ਘੰਟੇ ਵੀ ਨਹੀਂ ਚੱਲਿਆ ਨਵਾਂ ਹੀ ਜਾਂਦੀ ਜੋ ਲੈ ਕੇ ਆਇਆ 15 ਘੰਟੇ ਚੱਲਿਆ ਸਰ 15 ਘੰਟੇ ਸਾਰਾ ਚੱਲਿਆ ਸਰਵਸਾ ਹੋਣਗੀਆਂ ਥੋੜਾ ਤੇਲ ਵਧਾਉਣਗੇ ਇਹਦਾ ਬਿਲਕੁਲ ਆਪੇ ਜਿਵੇਂਦਾਰ ਨੇ ਤਾਂ ਅੱਜ ਵੀ ਦੇਣੇ ਆ ਕੱਲ ਵੀ ਦੇਣੇ ਆ ਤੇ ਬਾਈ ਹੁਣ ਇੱਕ ਮੈਨੂੰ ਹੋਰ ਸਵਾਲ ਦਿਮਾਗ ਚ ਆ ਗਿਆ ਬੁਕਿੰਗ ਨੂੰ ਲੈ ਕੇ ਮਤਲਬ ਐਡੀ ਵੱਡੀ ਟਰਾਲੀ ਬਣਾਉਣੀ ਆ ਕੋਈ ਛੋਟੀ ਮੋਟੀ ਤਾਂ ਗੱਲ ਨਹੀਂ ਇਹਦੇ ਵਾਸਤੇ ਫਿਰ ਬੁਕਿੰਗ ਕਿੰਨੀ
ਕੋਈ ਨਹੀਂ ਅਸੀਂ ਜ਼ਿਆਦਾ ਨਹੀਂ ਕਹਿੰਦੇ ਵੀ ਸਾਨੂੰ ਅੱਜ ਤੋਂ 2 ਲੱਖ ਹੀ ਦੇ ਕੇ ਜਾ ਫ੍ਰੀ ਕਰਨੇ ਤਿਆਰ ਨੂੰ ਮਤਲਬ ਜਿੰਨਾ ਵੀ ਉਹਨੂੰ ਕਨਵੀਨੀਅੰਟ ਹੈਗਾ ਉਹ ਆਪਣੇ ਸਾਨੂੰ ਦੇ ਸਕਦਾ ਹੈ ਦੇ ਸਕਦਾ ਈਜ਼ੀ ਕਿਉਂਕਿ ਚਲੋ ਮੈਂ ਹੁਣ ਗੱਲ ਕਹਿਣੀ ਨਹੀਂ ਚਾਹੁੰਦਾ ਕਈ ਭਰਾ ਮਹਿਸੂਸ ਕਰਨਗੇ ਜੀ ਸਾਰਿਆਂ ਦਾ ਹੀ ਘਰੋ ਘਰੀ ਇਹ ਹਾਲ ਹੈ ਟਾਈਟ ਆ ਸਾਰੇ ਟਾਈਟ ਆ ਸਰ ਖਰਚੇ ਬਹੁਤ ਆ ਸਾਰਿਆਂ ਦੇ ਖਰਚੇ ਬਹੁਤ ਆ ਨਾ जहाज देख मेरी पहली वीडियो आई जी प्लीज भाई सारे जने वीडियो नु शेयर करियो क्योंकि प्यार करियो ताइयों असीं इदां दे होर वीडियो जिहड़ियां तुहाडे सामने लैके आवांगे क्योंकि मेरे इधर भाजी हुणी ने इन्हां ने मैनूं कहा भी आपां वीडियो बनाउणी आ ट्राली दी इस करके मैं अज ट्राली शूट कर रहे पईदे भाई थैंक यू सो मच जी बाकी साडा चैनल का कर ही लेना भाई तुसीं सो थैंक यू सो मच भाजी।